ਕਿੰਨਾ ਮਾਨਦਾਨ ਹੋ ਜੂ ਨਵੇਂ ਸਾਲ ਤੇ ਨਵੇਂ ਸਾਲ ਤੇ 5000 ਦਾ 5000 ਦਾ ਉਹ ਵੀ ਨਵੇਂ ਸਾਲ ਕਰ ਲੈ ਓਏ ਦੋ ਸੌਦਾ ਕਰ ਲੈ ਯਾਰ ਇਹ ਕਿਤੇ ਜਦ ਮਾੜਾ ਹੁੰਦਾ ਉਹ ਛੱਡ ਜਿਆਦਾ ਸਵੇਰ ਦਾ ਗੇੜ ਦੇਣਾ ਭਾਲ ਦਾ ਗੇੜ ਦੇ ਮਜਾ ਸਵੇਰ ਦਾ ਗੇੜ ਛੱਡ ਦੇ ਤੂੰ ਛੱਡ ਦੇ ਓਏ ਛੱਡ ਦੇ ਮੈਂ ਛੱਡ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਸਵਾਗਤ ਆ ਆਪਣੇ YouTube ਚੈਨਲ ਤੇ ਦੋਸਤੋ ਅੱਜ ਫੇਰ ਆਪਾਂ 1 ਤਰੀਕ ਨੂੰ ਲੱਗਣ ਵਾਲੀ ਰਾਮਪੁਰਾ ਮੰਡੀ ਦੀ ਵੀਡੀਓ ਕਵਰ ਕਰਾਂਗੇ। ਵੀਡੀਓ ਦੇ ਵਿੱਚ ਤੁਹਾਨੂੰ ਚੰਗੀਆਂ ਤੋਂ ਚੰਗੀਆਂ ਮੱਝਾਂ ਦਿਖਾਵਾਂਗੇ। ਵੀਡੀਓ ਨੂੰ ਲਾਸਟ ਤੱਕ ਦੇਖਿਓ। ਜਿਹੜੇ ਵੀਰ ਪਹਿਲੀ ਵਾਰ ਆਪਣੀ ਵੀਡੀਓ ਨੂੰ ਦੇਖ ਰਹੇ ਆਪਣੇ ਚੈਨਲ ਤੇ, ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ। ਦੁਬਾਰੇ ਫੇਰ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਕਰਦੇ ਹਾਂ ਆਪਾਂ ਵੀਡੀਓ ਨੂੰ ਸ਼ੁਰੂ। ਦੋਸਤੋ ਨਵੇਂ ਸਾਲ ਤੇ ਆਪਾਂ ਤੁਹਾਨੂੰ ਰਾਮਪੁਰਾ ਮੰਡੀ ਦੀ ਸਭ ਤੋਂ ਟੌਪ ਦੀ ਮੱਝ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਨਾ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ। ਮੈਂ ਸਾਰੀ ਮੰਡੀ ਘੁੰਮ ਕੇ ਦੇਖਿਆ ਆ, ਇਹ ਮੱਝ ਦੇ ਨਾਲ ਦੀ ਕੋਈ ਮੱਝ ਮੰਡੀ ਦੇ ਵਿੱਚ ਦਿਖੀ ਨਹੀਂ। ਆਹ ਮੱਝ ਦੇਖੋ ਤੁਹਾਨੂੰ ਦਿਖਾਉਣੇ ਆ ਬਾਹਰ ਧੋੜ ਦੇ ਜਵਾਨਾਂ ਇੱਕ ਵਾਰ ਇਹਨੂੰ ਦੁਬਾਰੇ ਲੈ ਥਾਂ ਥੁਣ ਵਗੈਰਾ ਤੁਸੀਂ ਦੇਖ ਸਕਦੇ ਹੋਗੇ। ਟੌਪ ਦੀ ਮੱਝ ਆ ਇਹ ਰਾਮਪੁਰਾ ਮੰਡੀ ਦੀ, ਇੱਕ ਨੰਬਰ ਮੱਝ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਉਹ ਆ ਇਹ। ਲੈ ਕਰਾਂਗੇ ਬਾਈ ਨਾਲ ਗੱਲਬਾਤ, ਆਰਡਰ ਵਗੈਰਾ ਤੁਸੀਂ ਦੇਖ ਸਕਦੇ ਹੋ। ਬਾਈ ਦੱਸਦਾ ਗਾ ਵੀ 20 ਲੀਟਰ ਦੁੱਧ ਇਹ ਇਸ ਟਾਈਮ 16 ਲੀਟਰ ਤਾਂ ਇਹਦੇ ਤਿਆਰ ਹੈਗਾ, ਕੋਈ ਚਵਾਈ ਕਰਕੇ ਵੀ ਖਰੀਦ ਸਕਦਾ ਅਤੇ 20 ਲੀਟਰ ਇਹ ਇਸ ਸੂਏ ਦੁੱਧ ਦੇਊਗੀ। ਦੇਖ ਸਕਦੇ ਹੋ ਤੁਸੀਂ ਆਰਡਰ ਪਿੱਛੋਂ, ਬਹੁਤ ਚੰਗੀ ਹੈਗੀ, ਵੱਡੇ ਰਿਕਾਰਡ ਵਾਲੀ ਹੈਗੀ, ਵੱਡਾ ਵਜਨ ਅਤੇ ਚਾਲ ਵਗੈਰਾ ਤੁਸੀਂ ਦੇਖ ਸਕਦੇ ਹੋ ਪਿੱਛੋਂ, ਬਹੁਤ ਜ਼ਿਆਦਾ ਸੁੰਦਰ ਆ। ਸਿੰਗ ਵਗੈਰਾ ਦੇਖੋ, ਰਿੰਗ ਵਾਲੇ ਸਿੰਗ, ਪਿਓਰ ਮੂਰਾ ਦੀ ਹੈਗੀ। ਲੈ ਬਾਈ ਨਾ ਕਰਦੇ ਹਾਂ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਗੱਗੀ ਸਿੰਘ, ਪਿੰਡ ਲੇਲ ਖੁਰਦ, ਜ਼ਿਲ੍ਹਾ ਜੀ ਸੰਗਰੂਰ, ਜ਼ਿਲ੍ਹਾ ਸੰਗਰੂਰ। ਇਹ ਮੱਝ ਜਿਹੜੀ ਆਪਾਂ ਚਲਾ ਕੇ ਦਿਖਾਈਏ, ਕਿੰਨਵੇਂ ਸੂਏ ਸੂਈ ਹੈ ਇਹ? ਦੂਜਾ ਸੂਆ। ਦੂਜਾ ਸੂਆ, ਕਿੰਨਾ ਦੁੱਧ ਇਹ ਦੂਜੇ ਸੂਏ ਦੇ ਦੂਗੀ? ਇਹ 20 ਕਿਲੋ ਚਵਾ ਰਾਮਦਾਰੀ ਨਾਲ ਦੇ ਦੂ, ਹੁਣ ਇਹਦੇ ਥੱਲੇ 16-17 ਕਿਲੋ ਲੀਟਰ ਵਾਲਾ ਨਹੀਂ, ਕੰਡੇ ਵਾਲਾ ਦੁੱਧ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਇਹਨੂੰ ਹੋ ਗਏ ਅੱਜ ਹੋ ਗਈ 1 ਤਰੀਕ, 9 ਦਿਨ ਹੋ ਗਏ ਸੂਈ। ਕਿਹੜੇ ਏਰੀਏ 'ਚੋਂ ਆਈ ਆ ਇਹ ਮੱਝ? ਇਹ ਸਾਰੇ ਏਰੀਏ 'ਚੋਂ ਆਈ। ਸਾਰੇ ਹਿਸਾਰ ਦੀਆਂ ਮੱਝਾਂ ਦੋਸਤੋ ਟੌਪ ਗਿਣੀਆਂ ਜਾਂਦੀਆਂ ਨੇ ਤੁਸੀਂ ਆਪਣੇ ਪਿੰਡ ਤੋਂ ਆਈ ਹੈ। ਅੱਛਾ ਬਾਈ ਜੀ, ਇਹਦਾ ਕੀ ਮੁੱਲ ਕਰ ਦਿਓਗੇ? ਮੁੱਲ ਕਰਦਾ 2.5 ਲੱਖ ਰੁਪਈਆ। ਕਿੰਨੇ ਦੇ ਦੋਗੇ ਇਹ? ਸਵਾ 2 ਲੱਖ ਦੀ ਮੱਝ ਦੇਣਾ। ਨੰਬਰ ਬੋਲੋ ਆਪਣਾ। 9874-4755। ਦੋਸਤੋ ਬਾਈ ਲਵੇ ਸਾਰੀ ਮੱਝਾਂ, 5 ਮੱਝਾਂ ਲੈ ਕੇ ਆਇਆ ਬਾਈ, 5 ਮੱਝਾਂ ਮੰਡੀ ਤੇ ਨਾ ਮਿਲਣ ਵਾਲੀਆਂ ਮੱਝਾਂ ਨੇ, ਇਹਨਾਂ ਨਾਲ ਦੀਆਂ ਕੋਈ ਮੱਝਾਂ ਹੋਰ ਹੈ ਨਹੀਂ। ਬੂਰੀ ਥੱਲੇ ਵੀ 17 ਕਿਲੋ ਦੁੱਧ। ਬੂਰੀ ਥੱਲੇ ਵੀ 17 ਖਰੇਟ ਤੇ ਅਬ ਤੂੰ ਦੇਖੋ ਇਹ ਦੋਸਤੋ ਆਰਡਰ ਥਾਣ ਵਗੈਰਾ ਦੇਖੋ ਤੁਸੀਂ, ਲੈ ਬੜਾ ਸ਼ਾਨਦਾਰ ਹੈ, ਲੈ ਆਰਡਰ ਦੇਖ ਸਕਦੇ ਹੋ ਤੁਸੀਂ। ਲੈ ਮੂੰਹ ਦੇਖੋ ਇਹ ਸਿਰਾ ਜਮਾ ਸਿਰਾ ਮੱਝ ਸਿਰਾ ਲਾਇਆ ਪਿਆ ਇਸ ਮੱਝ ਨੇ ਵੀ, ਲੈ ਦੇਖੋ ਖਿੱਚ ਦਾ ਕੇਂਦਰ ਆ। ਸਾਰੇ ਵਪਾਰੀ ਇਸ ਮੱਝ ਨੂੰ ਨਾ ਇੱਕ ਵਾਰ ਦੇਖ ਦੇਖ ਕੇ ਗਏ ਨੇਗੇ। ਕ੍ਰੇਟ 'ਤੇ ਮਿਲਦੀ ਆ ਬਾਈ, ਕਹਿੰਦਾ ਬਹੁਤ ਹੀ ਸੀਲ ਹੈਗੀ, ਕਿਸੇ ਵੀਰ ਨੇ ਖਰੀਦਣੀ ਹੈਗੀ ਤਾਂ ਨੰਬਰ ਬਾਈ ਦਾ ਆਪਾਂ ਸਕਰੀਨ 'ਤੇ ਚਲਾਵਾਂਗੇ, ਤੁਸੀਂ ਉਸ ਨੰਬਰ 'ਤੇ ਸੰਪਰਕ ਕਰਕੇ ਖਰੀਦ ਸਕਦੇ ਹੋ। ਲੈ ਚਾਲ ਵਗੈਰਾ ਦੇਖ ਲਓ, ਲੈਂਥ ਵਜਨ ਦੇਖ ਸਕਦੇ ਹੋ ਤੁਸੀਂ। ਇਹ ਬੂਰੀ ਕਿੰਨਵੇਂ ਸੂਏ ਸੂਈ ਹੈ? ਦੂਜਾ ਸੂਆ ਬਾਈ, 6 ਦੰਦ ਪੁੱਗ ਗਈ ਇਹ ਸਾਈਡ ਵਾਲੇ ਤੋੜ ਗਈ। ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? ਇਹਦਾ ਵੀਰੇ ਬੱਚਾ ਗੁਜ਼ਰ ਗਿਆ। ਅੱਛਾ ਅੱਛਾ। ਅਤੇ ਅਸੀਂ ਠੰਡੀ ਲੱਗਦੀ ਆ, ਖਰੇਟ 'ਤੇ ਧਾਰ ਮਾਰ ਅਸੀਂ ਚੋਲੋ, 17 ਕਿਲੋ ਕੰਡੇ ਦਾ ਦੁੱਧ ਇਹਦੇ ਥੱਲੇ। ਇਹਦੇ ਥੱਲੇ 17 ਲੀਟਰ ਕੰਡੇ ਵਾਲਾ ਦੁੱਧ ਹੈ? ਹਾਂਜੀ ਹਾਂ। ਠੀਕ ਹੈ, ਇਹਦਾ ਕੀ ਮੁੱਲ ਕਰਦੇ ਹੋ ਆਪਾਂ? ਇਹ ਮੁੱਲ ਕੁਛ ਕਰਾ ਲਓ 1.5 ਲੱਖ ਦੀ ਝੋਟੀ ਦੇਵਾਂਗੇ। 1.5 ਦੀ? ਹਾਂਜੀ। ਮਾਨਦਾਨ ਹੋ ਜੂਗਾ ਨਵੇਂ ਸਾਲ 'ਤੇ? ਕਿੰਨਾ ਮਾਨਦਾਨ ਹੋ ਜੂ ਨਵੇਂ ਸਾਲ 'ਤੇ? ਨਵੇਂ ਸਾਲ 'ਤੇ 5000 ਦਾ। 5000 ਦਾ ਉਹ ਵੀ ਨਵੇਂ ਸਾਲ ਕਰ। ਲੈ ਓਏ ਦੋਸਤੋ ਲੁੱਟ ਲੋ ਕੇ ਇਹਨੇ ਮੇਲਾ ਲੁੱਟਣਾ। ਇਹ ਦੋਨਾਂ ਮੱਝਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਮੱਝ ਪਸੰਦ ਆ ਨਾ ਤਾਂ ਫੋਨ ਤੁਹਾਡੇ ਕੋਲ ਆ, ਤੁਸੀਂ ਨੰਬਰ ਸਕਰੀਨ 'ਤੇ ਚੱਲ ਰਿਹਾ ਉਸ ਨੰਬਰ 'ਤੇ ਫੋਨ ਕਰਕੇ ਸਵੇਰੇ ਤੁਸੀਂ ਇਸ ਮੱਝ ਦਾ ਸੌਦਾ ਕਰ ਸਕਦੇ ਹੋਗੇ। ਲੈ ਓਏ ਸੱਜਣੋ, ਇੱਕ ਤੁਹਾਨੂੰ ਹੋਰ ਟੌਪ ਦਾ ਨਗੀਨਾ ਦਿਖਾਉਣੇ ਆਗੇ। ਚੜਦਾ ਲਾ ਦੇ ਗੱਗੀ ਬਾਈ ਦਾ ਅੱਜ ਟੌਪ ਦੀਆਂ ਮੱਝਾਂ ਸਾਰੀਆਂ ਖਰੀਦ ਕੇ ਲੈ ਕੇ ਆਇਆ, ਤੁਸੀਂ ਦੇਖ ਸਕਦੇ ਹੋਗੇ। ਪੂਸ ਵਗੈਰਾ ਦੇਖੋ, ਜਮਾਂ ਥੱਲੇ ਧਰਤੀ ਨਾਲ ਲੱਗਦੀ ਜਾਂਦੀ ਹੈ।
ਸਾਹ ਕਾਲੀ ਮੱਝ ਤੁਸੀਂ ਦੇਖ ਸਕਦੇ ਹੋਗੇ। ਥਣ ਵਗੈਰਾ ਬਹੁਤ ਵਧੀਆ ਦੇਖੋ ਤੁਸੀਂ, ਜਵਾਈ ਵਾਲੇ ਥਣ ਵਧੀਆ, ਮੂਠੀ ਵਾਲੇ ਵਿੱਥੀ 'ਤੇ ਲੱਗੇ ਹੋਏ ਨੇਗੇ ਆਰਡਰ ਦੇਖ ਸਕਦੇ ਤੁਸੀਂ। ਪਿੱਛੋਂ ਵਜਨਦਾਰ ਮੱਝ ਹੈ, ਇਹ ਵੀ ਬਹੁਤ ਜ਼ਿਆਦਾ ਚੰਗੀ ਹੈ। ਲੈਂਦੇ ਆਪਾਂ ਡਿਟੇਲ ਬਾਈ ਤੋਂ। ਮੋੜ ਲਿਆ ਬਾਈ, ਓਏ ਆ ਜਾ। ਲੈ ਬਾਂਹ ਲਾ ਗੇਰਾ, ਬਾਂਹ ਲਾ ਬਾਈ। ਇਹ ਮੱਝ ਹੈ ਜਿਹੜੀ, ਇਹ ਕਿੰਨਵੇਂ ਸੂਏ ਸੂਈ ਹੈ? ਤੀਜਾ ਸੂਆ ਵੀਰੇ, ਤੀਜਾ ਹੈ। ਇਹ ਕਿੰਨੇ ਕਿੰਨੇ ਦਿਨਾਂ ਦੀ ਸੂਈ ਹੈਗੀ? ਇਹ ਬੋਲਾ ਖਾਲੀ, ਇਹਦੇ ਥੱਲੇ 15 ਕਿਲੋ ਬੋਲਾ ਵੀਰੇ। ਹੁਣ 15 ਕਿਲੋ ਤਿਆਰ ਹੈਗਾ? 15 ਕਿਲੋ ਰੈਡੀ ਠੰਡਾ। ਕਿੰਨਾ ਦੁੱਧ ਦੇ ਦੂ ਇਹ ਸੂਏ? ਇਹ ਉਮੀਦ ਤਾਂ ਹੁੰਦੀ ਆਪਾਂ ਨੂੰ 18 ਕਿਲੋ ਦੁੱਧ। 18 ਕਿਲੋ ਕਿੰਨੇ? 15 ਕਿਲੋ ਲੀਟਰ ਵਾਲਾ ਦੁੱਧ ਹੈ, ਮਤਲਬ ਕਿ ਕੰਡੇ ਵਾਲਾ ਨਹੀਂ ਹਜੇ। ਠੀਕ ਹੈ ਠੀਕ ਹੈ, ਕੰਡੇ ਵਾਲਾ ਹੋਣਾ 13 ਕਿਲੋ ਦੁੱਧ। ਠੀਕ ਹੈ ਠੀਕ ਹੈ, ਉਹ ਝੂਠ ਮਾਰਦੀ ਹੈ ਬੰਦੀ। ਇਹਦਾ ਕੀ ਮੁੱਲ ਆਪਾਂ ਕਰਦੇ ਹਾਂ ਬਾਈ? ਇਹ 1.25 ਲੱਖ ਦੀ ਦੇ ਦਾਂਗੇ। 1.25 ਲੱਖ ਦੀ ਦੇ ਦਾਂਗੇ? ਹਾਂਜੀ। ਸੋੜ ਨਾਲ ਦੇਵੋਗੇ? ਮਾੜਾ ਮੋਟਾ ਹੋ ਜੂ ਮਾਨ ਤਾਨ ਬਾਈ ਯਾਰ। 5000 ਦੀ ਸੋੜ ਦਾ ਤੁਸੀਂ ਕਿਹਾ ਪਹਿਲਾਂ? ਨਹੀਂ ਇਹ ਤੋਂ ਨਹੀਂ 5 ਹੋਣਾ। ਹੋ ਜੂਗਾ? ਨਹੀਂ ਹੋਣੀ ਨਹੀਂ, ਕਰਦੀ ਜਲਾ। ਨਹੀਂ ਹੋਣੀ, ਹੋਣੀ ਨਹੀਂ ਹੈਗੀ, ਹੋਣੀ ਨਹੀਂਗੀ। ਉਹ ਗੱਬਣ ਦੀ ਗੱਲ। ਲੈ ਦੋਸਤੋ, ਇੱਕ ਆਪਾਂ ਤੁਹਾਨੂੰ ਹੋਰ ਗੱਬਣ ਮੱਝ ਦਿਖਾਉਣੇ ਆ। ਗੱਗੀ ਬਾਈ ਆਪਣਾ ਨੰਬਰ ਤਾਂ ਬੋਲ ਯਾਰ। 9784-4558। ਉਹ ਗੱਬਣ ਤੌਰ ਦੇ ਬੱਚੀ ਨਾ। ਲੈ ਓਏ ਸੱਜਣੋ, ਇੱਕ ਤੁਹਾਨੂੰ ਹੁਣ ਗੱਬਣ ਦਿਖਾਉਣੇ ਆਪਾਂ। ਇਹ ਮੱਝ ਵੀ ਪੂਰੇ ਟੌਪ ਦੀ ਹੈਗੀ, ਦੇਖ ਸਕਦੇ ਹੋ ਤੁਸੀਂ। ਇਹ ਸੂਣ ਵਾਲੀ ਆ ਦੋਸਤੋ, ਇਹ ਗੱਬਣ ਹੈਗੀ। ਇਹਦੇ ਦਿਨ ਬਾਕੀ ਨੇਗੇ। ਲੈ ਓਏ 14 ਦਿਨ ਬਾਕੀ ਨੇ, 14 ਦਿਨ ਬਾਕੀ ਨੇ, 14। ਹੁਣ ਦੂਜੇ ਸੂਏ ਸੂਗੀ। ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋਗੇ, ਪਿਓਰ ਮੂਰਾ ਦੀ ਮੱਝ, ਹਰਿਆਣੇ ਦੀ ਹਿਸਾਰ ਏਰੀਆ ਬਾਈ ਦੱਸਦੇ ਨੇ, ਹਿਸਾਰ ਸੋ ਲਿਆਤੀ ਹੋਈ ਆ ਇਹ। ਲੈ ਥਣ ਵਗੈਰਾ ਤੁਸੀਂ ਦੇਖ ਸਕਦੇ ਹੋਗੇ, 14 ਦਿਨ ਰਹਿੰਦੇ ਨੇ ਸੂਣ ਦੇ। ਜਦੋਂ ਨੂੰ ਇਹਨੇ ਸੂਣਾ ਨਾ, ਪਿੱਛੋਂ ਤਾਂ ਇਹਦਾ ਤੁਰਿਆ ਨਹੀਂ ਜਾਣਾ, ਐਡਾ ਆਰਡਰ ਬਣਾ ਦੇਣਾ ਇਹ ਦੋਸਤੋ। ਲੈ ਬੰਨ ਲਾ ਬਾਈ ਓਏ। ਬਾਈ ਜੀ, ਇਹ ਮੱਝ ਜਿਹੜੀ ਗੱਬਣ ਹੈ ਨਾ, ਇਹ ਆਪਾਂ ਕਰਦੇ ਹਾਂ ਗੱਲਬਾਤ, ਲੈਂਦੇ ਹਾਂ ਡਿਟੇਲ। ਬਾਈ ਗੱਗੀ, ਆਹ ਮੱਝ ਕਿੰਨਵੇਂ ਸੂਏ ਸੂਗੀ? ਗੱਬਣ ਹੈ ਜਿਹੜੀ ਸੂਆ ਵੀਰੇ, ਇਹ ਪਹਿਲਣ ਆਪਣੀ ਆਪਦੀ ਘਰੇ ਚੋਈ ਹੋਈ ਹੈ। ਅੱਛਾ ਜੀ, ਇਹ 15 ਕਿਲੋ ਦੁੱਧ ਪਹਿਲਣ ਨੇ ਦਿੱਤਾ ਇਹਨੇ, ਐਤਕੀ 18-19 ਕਿਲੋ ਦੁੱਧ ਗੱਬੀ। ਕਿੰਨੇ ਦਿਨ ਬਾਕੀ ਨੇ ਇਹਦੇ? ਹਜੇ ਇਹਦੇ 12-13 ਦਿਨ ਬਾਕੀ ਨੇ। ਇੱਥੇ ਆ ਕੇ ਦੇਖੀ ਆ ਸਰੀਰ ਦੇਖ ਕਿੰਨਾ ਚੰਗਾ, ਬਾਹਲੀ ਠੰਡੀ ਹੈ ਹਨਾ, ਸਹੀ ਗੱਲ ਹੈ। ਇਹਦਾ ਕੀ ਇਹਦਾ ਕੀ ਰਿਕਾਰਡ ਹੈ, ਇਹਦਾ ਕੀ ਮੁੱਲ ਕਰਦੇ ਹੋਗੇ? ਇਹਦਾ ਮੁੱਲ ਤਾਂ ਕੁਛ ਕਰਾ ਲਿਆ, 1.5 ਲੱਖ ਦੀ ਝੋਟੀ, 1.5 ਦੀ। ਮਾਨ ਤਾਨ ਹੋ ਜੂਗਾ? ਮਾਨ ਤਾਨ ਤਾਂ ਪੈ ਛੋੜ ਦਿੱਤੀ ਹੋਈ, ਛੋੜ 5000 ਦੀ ਹੋ ਜੂ, 5 ਦਾ ਧੱਕਾ ਹੋ ਜੂ, ਵਿੱਚ ਧੱਕਾ ਹੋ ਜੂ। ਸਤਿ ਸ੍ਰੀ ਅਕਾਲ ਜੀ। ਚੱਲ ਜੀ ਦੋਸਤੋ, ਛੋੜ ਤਾਂ ਬਾਈ 5000 ਕਰ ਦੇਣਗੇ। ਤੁਸੀਂ ਕਿਸੇ ਨੇ ਵੀ ਇਹ ਖਰੀਦਣੀ ਹੈ ਨਾ, ਤਾਂ ਫੋਨ ਤੁਹਾਡੇ ਕੋਲ ਹੈਗਾ, ਨਵੇਂ ਸਾਲ 'ਤੇ ਤੁਸੀਂ ਆਪਦੇ ਘਰ ਮੱਝ ਫੋਨ 'ਤੇ ਵੀ ਮੰਗਾ ਸਕਦੇ ਹੋ। ਤੁਸੀਂ ਸੌਦਾ ਕਰਕੇ ਬਾਈ ਨਾਲ ਫੋਨ 'ਤੇ ਖਰੀਦ ਸਕਦੇ ਹੋ ਇਹ ਮੱਝਾਂ। ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਮੱਝ ਪਸੰਦ ਆ ਨਾ, 4 'ਚੋਂ ਖਰੀਦ ਸਕਦੇ ਹੋ ਜੀ। ਹੋਰ ਵੀ ਦਿਖਾਵਾਂਗੇ ਆਪਾਂ ਤੁਹਾਨੂੰ, ਬਣੇ ਰਹੋ ਵੀਡੀਓ ਦੇ ਨਾਲ। ਮਹੀਂ ਪੁੰਨੀ ਹੈ ਬੜਾ। ਛੱਡ ਦੇ ਤਾਂ ਮੈਂ ਮੰਨੇ ਪੈ ਛੱਡ ਦੇ ਬਈ ਵਿਆਹ ਵਾਲੇ।
तेरी यार तेरी यार मार के पैर दूर को फिर